अकाली दल को उस वक्त बड़ा झटका लगा जब वेरका मिल्क प्लांट के चेयरमैन अजमेर सिंह भागपुर श्रोमणी अकाली दल को छोड़कर कैप्टन अमरिंदर सिंह की अध्यक्षता में कांग्रेस पार्टी में शामिल हो गए। कांग्रेस पार्टी में शामिल होते ही उन्होंने अकाली दल पर कई तरह के सवाल खड़े किए हैं। ਮੇਰਾ ਕੋਈ ਕਾਰਨ ਨਹੀਂ ਸੀ, ਮੇਰੀ ਉਹਨਾਂ ਦਾ ਕੋਈ ਵਿਗੜੀ ਨਹੀਂ ਗੀ, ਪਰ ਉਹਨੂੰ ਮੇਰੀ ਲੋੜ ਨਹੀਂ ਸੀ ਕਿਉਂਕਿ ਉਹ ਕਾਫੀ ਦੇਰ ਤੋਂ ਉਹਨਾਂ ਮੈਂ ਕਹਿੰਦਾ ਵੀ ਜਾਂ ਵੀ ਸਾਡੀ ਸਾਡਾ ਖੁਸ਼ ਹੋ ਗਿਆ ਸਾਨੂੰ ਤੋਂ ਇਸ ਮੇਰੀ ਕਿਰਪਾ ਸਰਕਾਰ ਦੇ ਨੁਮਾਇੰਦੇ ਹੋ ਕਿ ਮੇਰੀ ਕਿਸੇ ਪਾਸੇ ਡਿਊਟੀ ਲਾਓ, ਮੈਂ ਪਿੱਛੇ ਡਿਊਟੀ ਤੋਂ ਬਾਹਰ ਜਾਣਾ, ਮੈਂ ਬਿਜੀ ਮੈਨੂੰ ਬਿਜੀ ਰੱਖੋ, ਪਰ ਉਹ ਪੰਜ ਨਹੀਂ ਕਰ ਅਤੇ ਉਹਨੇ ਮੇਰੇ ਵੱਲ ਧਿਆਨ ਦਿੱਤਾ ਅਤੇ ਉਹਨਾਂ ਨੂੰ ਕੋਈ ਵੀ ਉਹ ਜਾਂਦੇ ਅਤੇ ਉਹਨਾਂ ਨੂੰ ਪਤਾ ਮੇਰੀ ਸਾਡੀ ਲੋੜ ਭਰਾਵਾਂ ਗਲਬਾ ਸੀ ਅਤੇ ਮੈਂ ਅਨਾਊਂਸ ਕਰਵਾ ਕੇ ਲਿਆ ਸੀ ਅਤੇ ਉਹ ਕਹਿੰਦਾ ਮੈਂ ਇਲੈਕਸ਼ਨ ਲੜਨੀ ਆ ਅਤੇ ਪਿੰਡਾਂ ਦੇ ਵਿੱਚ ਸਾਡੇ ਫਾਦਰ ਸਾਹਿਬ ਦਾ ਬੜੇ ਭਰਾ ਦਾ ਸਾਰਿਆਂ ਦਾ ਬਹੁਤ ਵਧੀਆ ਵੋਟ ਸੀ ਘਰੇ ਬੈਠਾ ਅਤੇ ਮੈਨੂੰ ਇਸ ਵੱਲ ਨੂੰ ਪ੍ਰੇਰਨਾ ਕੀਤੀ ਦਿੱਤੀ ਅਤੇ ਮੈਨੂੰ ਕੈਪਟਨ ਸਾਹਿਬ ਦੀ ਚਾਨੀ ਲਾਇਆ ਅਤੇ ਮੈਂ ਹੁਣ ਕੈਪਟਨ ਸਾਹਿਬ ਦੀ ਕਾਂਗਰਸ ਪਾਰਟੀ ਲਈ ਹਾਈਕਮਾਂਡ ਲਈ ਇਸ ਪਾਰਟੀ ਲਈ ਦੱਬ ਕੇ ਕੰਮ ਕਰੂੰਗਾ। ਹਰ ਜਿੱਥੇ ਸਾਡੀ ਹਲਕਾਂ 'ਚ ਅੱਜ ਬਿੱਟੀ ਜੀ ਨੇ, ਮੈਂ ਉਹਨਾਂ ਨਾਲ ਰਲ ਕੇ ਦੱਬ ਕੇ ਕੰਮ ਕਰੂੰਗਾ। ਇਹ ਪਾਰਟੀ ਨੇ ਦੇਖਣਾ ਮੇਰੇ ਕਿੱਥੇ ਗਿਆ।
ਮੈਂ ਸ਼ਰਨਜੀਤ ਨੂੰ ਹੈਰਾਨ ਦੀ ਨਹੀਂ ਗੱਲ ਕਰਿਆ, ਮੈਂ ਬਿੱਟੀ ਦੇ ਜਿਹੜੇ ਕਾਂਗਰਸ ਪਾਰਟੀ ਆ ਉਹਦੇ ਕੈਂਡੀਡੇਟ ਨੂੰ ਜਿਤਾਉਣ ਦੀ ਗੱਲ ਕਰ ਰਿਹਾ, ਮੈਂ ਉਹਦੀ ਜਿਤਾਉਣ ਲਈ ਸਭ ਕੁਛ ਕਰੂੰਗਾ। ਠੀਕ ਹੈ।